ਮੇਰੇ ਨਾਲ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਪੋਕਸਮੈਨ ਰਾਜ ਕੁਮਾਰ ਵੇਰਕਾ ਜੀ। ਇਹਨਾਂ ਦਾ ਕਹਿਣਾ ਹੈ ਕਿ ਜੋ MC ਚੋਣਾਂ ਹੋ ਕੇ ਹਟੀਆਂ ਨੇ ਉਹਦੇ ਵਿੱਚ ਬਿਲਕੁਲ ਵੀ ਕਾਂਗਰਸੀਆਂ ਨੇ ਧੱਕੇਸ਼ਾਹੀ ਨਹੀਂ ਕੀਤੀ। ਇਹਨਾਂ ਨੇ ਹੋਰ ਮਸਲਿਆਂ 'ਤੇ ਵੀ ਗੱਲ ਕੀਤੀ ਹੈ, ਇਹਨਾਂ ਤੋਂ ਜਾਣਦੇ ਹਾਂ ਕੀ ਨੇ ਮਾਮਲੇ। ਵੇਰਕਾ ਜੀ, ਇਹ ਦੱਸੋ ਜੋ ਅਕਾਲੀ ਦਲ ਅਤੇ BJP ਵਾਲੇ ਤੁਹਾਡੇ 'ਤੇ ਦੋਸ਼ ਲਾ ਰਹੇ ਨੇ ਕਿ MC ਚੋਣਾਂ ਦੇ ਵਿੱਚ ਬੂਥ ਕੈਪਚਰਿੰਗ ਹੋਈ ਆ, ਧੱਕੇਸ਼ਾਹੀ ਕੀਤੀ ਹੈ, ਉਹਦੇ ਬਾਰੇ ਕੀ ਕਹਿਣਾ ਤੁਹਾਡਾ? ਦੇਖੋ, ਮੈਂ ਇਹ ਗੱਲ ਕਹਿਣਾ ਹੈ ਕਿ ਹਰਿਆ ਜਵਾਰੀ ਆ, ਕਦੀ ਕਿਤੇ ਸਿਰ ਮਾਰਦਾ, ਕਦੀ ਕਿਤੇ ਸਿਰ ਮਾਰਦਾ। ਔਰ ਸੁਖਬੀਰ ਸਿੰਘ ਬਾਦਲ ਨੂੰ ਕੋਈ ਢੋਈ ਨਹੀਂ ਮਿਲ ਰਹੀ ਕਿਸੇ ਪਾਸੇ। ਔਰ ਉਹ ਕਦੀ ਗੱਲ ਕਹਿ ਰਿਹਾ ਹਾਈਕੋਰਟ 'ਚ ਜਾ ਕੇ ਕਿ ਤੁਸੀਂ ਜੀ CBI ਦੀ ਇਨਕੁਆਇਰੀ ਕਰ ਲਓ। ਮੈਂ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਕਿਹਾ, ਬਈ CBI ਦੀ ਇਨਕੁਆਇਰੀ ਨਾ ਮੰਗ, ਤੂੰ ਜਾ ਕੇ UNO 'ਚੋਂ ਇਨਕੁਆਇਰੀ ਮੰਗ ਅਤੇ ਇੰਟਰਪੋਲ ਦੀ ਮਦਦ ਲੈ। ਕਿੱਥੇ ਕਿੱਥੇ ਜਾ ਕੇ ਧੱਕੇ ਹੋਏ ਆ, ਕਿੱਥੇ ਕਿੱਥੇ ਮੁਸ਼ਕਲਾਂ ਹੋਈਆਂ। ਅਸਲੀ ਗੱਲ ਇਹ ਹੈ ਕਿ ਲੋਕਾਂ ਨੇ ਬੁਰੀ ਤਰ੍ਹਾਂ ਰਿਜੈਕਟ ਕਰਤਾ, ਬੁਰੀ ਤਰ੍ਹਾਂ ਮਾਂਜ ਦਿੱਤਾ ਅਤੇ ਹੁਣ ਵਿਚਾਰਾ ਦਰ ਦਰ ਭਟਕਦਾ ਫਿਰਦਾ। ਔਰ ਮੈਂ ਉਹਨਾਂ ਨੂੰ ਹੋਰ ਐਡਵਾਈਸ ਦੇਣਾ ਚਾਹੁੰਦਾ, ਸੁਖਬੀਰ ਸਿੰਘ ਬਾਦਲ ਨੂੰ ਚਾਹੀਦਾ ਕਿ ਉਹ ਫ੍ਰੀ ਹੈ ਅੱਜ ਕੱਲ੍ਹ ਅਤੇ ਉਹਨਾਂ ਨੂੰ ਹਰਸਿਮਰਨ ਕੌਰ ਬਾਦਲ ਦਾ PS ਲੱਗ ਜਾਣਾ ਚਾਹੀਦਾ, ਜਾ ਕੇ ਉਹਦੀ ਮਦਦ ਕਰਨੀ ਚਾਹੀਦੀ ਹੈ ਕਿਉਂਕਿ ਮੰਤਰੀ ਮੰਡਲ ਦੇ ਵਿੱਚ ਵੀ ਉਹਦੀ ਜ਼ਰੂਰਤ ਹੈਗੀ ਹੈ। ਉਹਨਾਂ ਨੂੰ ਉੱਥੇ ਜਾਣਾ ਚਾਹੀਦਾ, ਇੱਥੇ ਪੰਜਾਬ ਦੇ ਲੋਕਾਂ ਦੇ ਵਿੱਚ ਤਾਂ ਕੋਈ ਜਗ੍ਹਾ ਨਹੀਂ ਰੱਖੀ ਉਹਦੀ। ਪਟਿਆਲਾ ਦੇ ਵਿੱਚ ਸਾਬਕਾ ਮੇਅਰ ਦੀ ਪੱਗ ਲਾਹੀ ਗਈ, ਉਹਨਾਂ ਦੇ ਟੈਂਟ ਪੁੱਟੇ ਗਏ, ਇਹਦੇ ਬਾਰੇ ਕੀ ਕਹਿਣਾ ਤੁਹਾਡਾ? ਬਈ, ਗੱਲ ਇਹ ਹੈ, ਕਾਂਗਰਸ ਨੇ ਕੋਈ ਤੰਬੂ ਨਹੀਂ ਪੁੱਟਿਆ, ਅਕਾਲੀ ਦਲ ਨੇ ਆਪਣਾ ਆਪੇ ਤੰਬੂ ਪੁੱਟਿਆ ਅਤੇ ਰੌਲਾ ਪਾਤਾ ਕਾਂਗਰਸ ਨੇ ਤੰਬੂ ਪੁੱਟਤੇ। ਅਤੇ ਹੁਣ ਪੂਰੇ ਪੰਜਾਬ 'ਚ ਜਿਹੜਾ ਲੋਕਾਂ ਨੇ ਤੰਬੂ ਖੇਡਤਾ ਸੁਖਬੀਰ ਸਿੰਘ ਬਾਦਲ ਦਾ, ਅਤੇ ਹੁਣ ਉਹਦੇ ਬਾਰੇ ਕੀ ਕਹੇਗਾ ਉਹ? ਉਹਨੂੰ ਪੁੱਛੋ ਕਿ ਜਿਹੜਾ ਪੰਜਾਬ 'ਚ ਤੰਬੂ ਉਖੜਿਆ ਉਹ ਵੀ ਕਾਂਗਰਸ ਨੇ ਖੇਡਤਾ? ਪੂਰੇ ਪੰਜਾਬ ਦੇ ਲੋਕਾਂ ਨੇ ਤੰਬੂ ਖੇਡਿਆ ਤੇਰਾ, ਅਤੇ ਪੰਜਾਬ ਦੇ ਲੋਕਾਂ ਨੂੰ ਗਾਲਾਂ ਨਾ ਕੱਢ। ਅਤੇ ਇੱਕ ਪੰਜਾਬ ਦੇ ਲੋਕਾਂ ਨੇ ਜੋ ਕੀਤਾ ਉਹ ਠੀਕ ਕੀਤਾ, ਅਤੇ ਪੰਜਾਬ ਦੇ ਲੋਕਾਂ ਕੋਲ ਮਾਫ਼ੀ ਮੰਗਣੀ ਚਾਹੀਦੀ ਹੈ ਸੁਖਬੀਰ ਸਿੰਘ ਬਾਦਲ ਨੂੰ। ਗਾਂਧੀ ਬਾਰੇ ਕਿਹਾ ਜਾ ਰਿਹਾ ਕਿ ਉਹਨਾਂ ਨੇ ਪ੍ਰਧਾਨ ਬਣ ਕੇ ਕਾਂਗਰਸ ਦਾ ਹੋਰ ਮਲੀਆਮੇਟ ਕਰ ਦੇਣਾ, ਸਿਆਸੀ ਵਿਰੋਧੀ ਤੁਹਾਡੇ 'ਤੇ ਇਹ ਦੋਸ਼ ਲਾ ਰਹੇ ਨੇ, ਇਹਦੇ ਬਾਰੇ ਕੀ ਕਹੋ? ਦੇਖੋ, ਰਾਹੁਲ ਗਾਂਧੀ ਜੀ ਦੀ ਲੀਡਰਸ਼ਿਪ ਦੇ ਹੇਠ ਗੁਜਰਾਤ ਨੇ ਬਿਹਤਰ ਪਰਫੋਰਮੈਂਸ ਕੀਤੀ ਹੈ। ਔਰ ਜਿੱਥੋਂ ਤੱਕ ਹਰਸਿਮਰਨ ਕੌਰ ਬਾਦਲ ਦਾ ਇਹ ਕਹਿਣਾ ਹੈ ਕਿ ਦੇਸ਼ ਮੁਕਤ, ਕਾਂਗਰਸ ਮੁਕਤ ਭਾਰਤ ਹੋ ਰਿਹਾ, ਵੀ ਜਿਹੜਾ ਅਕਾਲੀ ਮੁਕਤ ਪੰਜਾਬ ਹੋ ਗਿਆ, ਜਿਹੜਾ BJP ਮੁਕਤ ਪੰਜਾਬ ਹੋ ਗਿਆ, ਉਹਦੇ ਬਾਰੇ ਉਹ ਕੀ ਕਹਿਣਾ ਚਾਹੁੰਦੇ? ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਇਹ ਤਾਂ ਇਹ ਸਾਰਾ ਕੁਝ ਮੁਕਤ ਹੋ ਗਿਆ ਉਹਨਾਂ ਦਾ, ਅਤੇ ਇਸ ਲਈ ਪੰਜਾਬ ਦੇ ਲੋਕਾਂ ਨੇ ਅਤੇ ਉਹਨਾਂ ਨੂੰ ਰਿਜੈਕਟ ਕਰਤਾ, ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਮੂੰਹ ਨਹੀਂ ਲਾਇਆ। ਅਤੇ ਪੰਜਾਬ ਦੇ ਲੋਕਾਂ ਦੀ ਗੱਲ ਕਰਨ ਦੀ ਬਜਾਏ ਉਹ ਜਿਸ ਤਰੀਕੇ ਦੇ ਬਹਾਨੇ ਲਾ ਰਹੇ ਉਹ ਚੰਗੇ ਨਹੀਂ। ਹੁਣ ਉਹਨਾਂ ਨੂੰ ਇਹ ਚਾਹੀਦਾ ਕਿ ਮੈਂ ਬਾਰ ਬਾਰ ਕਹਿ ਰਿਹਾ ਕਿ ਇਹਦੇ ਵਾਸਤੇ ਆਪਣੀ ਹਾਰ ਨੂੰ ਸਵੀਕਾਰ ਕਰੋ ਔਰ ਪੰਜਾਬ ਦੇ ਲੋਕਾਂ ਕੋਲ ਮਾਫ਼ੀ ਮੰਗੋ। ਹੁਣ ਕਾਂਗਰਸ 'ਤੇ ਇਹ ਗੱਲ ਆ ਰਹੀ ਹੈ ਕਿ ਜੋ ਲੋਕਾਂ ਨਾਲ ਵਾਅਦੇ ਕੀਤੇ ਸੀ ਉਹ ਪੂਰੇ ਕਰਨ ਦਾ ਸਮਾਂ ਆ ਗਿਆ, ਨੌਜਵਾਨਾਂ ਨੂੰ ਮੋਬਾਈਲ ਦੇਣੇ ਸੀ, ਕਿਸਾਨ ਕਰਜ਼ੇ ਦਾ ਮਾਮਲਾ, ਪੈਨਸ਼ਨਾਂ 'ਚ ਵਾਧੇ ਦਾ ਮਾਮਲਾ, ਇਹ ਕਦੋਂ ਕੁ ਕਮਿਟਮੈਂਟ ਪੂਰੀਆਂ ਹੋਣਗੀਆਂ? ਬਈ, ਅਸੀਂ ਸ਼ੁਰੂ ਕਰ ਦਿੱਤੀਆਂ, ਅਸੀਂ ਸਗਨ ਸਕੀਮ 15,000 ਤੋਂ 21,000 ਕਰ ਦਿੱਤੀ, ਪੈਨਸ਼ਨਾਂ ਜਿਹੜੀ ਬਾਦਲ 250 ਹੀ ਦਿੰਦਾ ਸੀ 750 ਕਰਤੀ, 2,000 ਕਰਾਂਗੇ, ਔਰ ਸਗਨ ਸਕੀਮ 51,000 ਵੀ ਕਰਾਂਗੇ। ਔਰ ਦੂਸਰੀ ਮੈਂ ਤੁਹਾਨੂੰ ਇਹ ਕਹੀ ਕਿ ਪੰਜਾਬ ਬੜੇ ਮਾੜੇ ਹਾਲਾਤ ਦੇ ਵਿੱਚੋਂ ਨਿਕਲਿਆ, ਅਸੀਂ ਉਸ ਹਾਲਾਤ ਦੇ ਵਿੱਚ ਸੰਭਾਲਿਆ, ਔਰ 5 ਰੁਪਏ ਬਿਜਲੀ ਦਾ ਔਡਰ ਹੋ ਗਿਆ, ਕਿਸੇ ਵਕਤ ਵੀ ਉਹਦਾ ਨੋਟੀਫਿਕੇਸ਼ਨ ਜਾਰੀ ਹੋ ਜਾਏਗਾ, ਹੁਣ ਲੋਕਾਂ ਤੱਕ ਪਹੁੰਚ ਜਾਣਗੇ ਔਡਰ। ਔਰ ਤੀਸਰਾ, ਕਿਸਾਨਾਂ ਵਾਲੀ ਜਿਹੜੀ ਗੱਲ, ਕਿਸਾਨ ਕਰਜ਼ ਦੀ ਕਿਸ਼ਤ ਜਿਹੜੀ ਹੈ ਉਹ ਜਲਦੀ ਜਾਰੀ ਹੋ ਰਹੀ ਹੈ, ਔਰ ਇਹ ਥੋੜ੍ਹੇ ਦਿਨਾਂ ਦੇ ਅੰਦਰ ਹਰ ਡਿਪਟੀ ਕਮਿਸ਼ਨਰ ਦੇ ਦਫ਼ਤਰਾਂ ਦੇ ਅੰਦਰ ਇਹ ਕਾਗਜ਼ ਪਹੁੰਚ ਜਾਣਗੇ। ਇਹ ਸਨ ਕਾਂਗਰਸ ਦੇ ਬੁਲਾਰੇ ਰਾਜ ਕੁਮਾਰ ਵੇਰਕਾ, ਜਿਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਸਹੀ ਲੀਹਾਂ 'ਤੇ ਚੱਲ ਰਹੀ ਹੈ ਔਰ ਜੋ ਲੋਕਾਂ ਨਾਲ ਵਾਅਦੇ ਕੀਤੇ ਸੀ ਉਹ ਵੀ ਪੂਰੇ ਕੀਤੇ ਜਾ ਰਹੇ ਨੇ, ਪਰ ਲੋਕਾਂ ਵਿੱਚ ਇਹ ਗੱਲ ਆ ਰਹੀ ਹੈ ਕਿ ਜੋ ਵਾਅਦੇ ਨੇ ਉਹ ਪੂਰੇ ਨਹੀਂ ਕੀਤੇ ਗਏ। ਕੈਮਰਾਮੈਨ ਕੁਲਜਿੰਦਰ ਸੂਦ ਦੇ ਨਾਲ ਦਰਸ਼ਨ ਸਿੰਘ ਖੋਖਰ, ਗਲੋਬਲ ਪੰਜਾਬ TV।